ਬਿਸਮਿਲ੍ਲਾ ਰਹਿਮਾਨ ਰਹੀਮ ਅੱਜ ਦੀ ਗੱਲ ਪੀ ਡੀ ਐੱਮ ਦੇ ਲਾਹੌਰ ਜਲਸੇ ਨਾਲ ਜੁੜੀ ਹੈ ਪੀ ਡੀ ਐੱਮ ਇਸ ਜਲਸੇ ਨੂੰ ਵੱਡੀ ਕਾਮਯਾਬੀ ਗਿਰਦਾਨ ਰਹੀ ਹੈ ਅਤੇ ਹਕੂਮਤ ਜ਼ਾਹਰ ਕਰ ਰਹੀ ਹੈ ਕਿ ਉਹਨੂੰ ਅਜਿਹੇ ਜਲਸੇ ਨਾਲ ਕੋਈ ਫਰਕ ਨਹੀਂ ਪੈਂਦਾ ਬਹਰਲ ਅਸਲ ਮਾਮਲਾ ਜਲਸਾ ਨਹੀਂ ਬਲਕਿ ਇਸ ਜਲਸੇ ਵਿੱਚ ਭੌਂਕਣ ਵਾਲਾ ਉਹ ਕੁੱਤਾ ਹੈ ਜਿਹਨੇ ਪੰਜਾਬ ਅਤੇ ਪੰਜਾਬ ਦੇ ਦਿਲ ਲਾਹੌਰ ਦੀ ਤੋਹੀਨ ਕੀਤੀ ਹੈ ਇਹ ਮਹਿਮੂਦ ਅਚਕਜ਼ਈ ਹੈ ਜਿਹੜਾ ਲਾਹੌਰ ਦੇ ਜਲਸੇ ਵਿੱਚ ਭੌਂਕ ਰਿਹਾ ਸੀ ਕਿ ਲਾਹੌਰੀਆਂ ਅੰਗਰੇਜ਼ਾਂ ਹਿੰਦੂਆਂ ਅਤੇ ਸਿੱਖਾਂ ਦਾ ਸਾਥ ਦੇ ਕੇ ਅਫਗਾਨ ਸਰਜ਼ਮੀਨ ਉੱਤੇ ਹਮਲੇ ਵਿੱਚ ਮਦਦ ਕੀਤੀ ਮੈਂ ਸਮਝਦਾ ਹਾਂ ਕਿ ਇਸ ਮਕਰੂਹ ਇਨਸਾਨ ਨੇ ਤਾਰੀਖ ਦਾ ਜ਼ਰਾ ਵੀ ਮੁਤਾਲਿਆ ਨਹੀਂ ਕੀਤਾ ਜਹਾਲਤ ਦੀ ਇਹ ਪੰਡ ਅਤੇ ਨਾਮ ਨਿਹਾਦ ਕੌਮ ਪ੍ਰਸਤ ਹੋਣ ਦੀ ਦਾਅਵੇਦਾਰ ਇਹ ਝੂਠ ਹਮੇਸ਼ਾ ਤੋਂ ਪਾਕਿਸਤਾਨ ਦੇ ਵਜੂਦ ਖਾਸ ਤੌਰ 'ਤੇ ਪੰਜਾਬੀਆਂ ਨਾਲ ਦੁਸ਼ਮਣ ਦਾ ਮੁਜ਼ਾਹਰਾ ਕਰਦੀ ਰਹੀ ਹੈ ਮੈਂ ਬਹੁਤਾ ਦੂਰ ਨਹੀਂ ਜਾਂਦਾ ਪੀ ਡੀ ਐੱਮ ਦੇ ਕਰਾਚੀ ਜਲਸੇ ਵਿੱਚ ਇਹੋ ਹੀ ਅਚਕਜ਼ਈ ਨਾਂ ਦਾ ਸਾਥ ਸੀ ਉਰਦੂ ਬੋਲੀ ਦੇ ਖਿਲਾਫ਼ ਭੌਂਕਿਆ ਅਤੇ ਉਰਦੂ ਬੋਲਣ ਵਾਲੇ ਦੇ ਦਿਲ ਤੋੜੇ ਉੱਥੋਂ ਵੀ ਇਸ ਜਾਹਿਲ ਕਮੀਨੇ ਇਨਸਾਨ ਦੀ ਕੁੱਤਿਆ ਕੁੱਤਿਆ ਹੋਈ ਅਤੇ ਲੱਖ ਲੱਖ ਲਾਹਨਤਾਂ ਲੱਭੀਆਂ ਪੀ ਡੀ ਐੱਮ ਦੀ ਕਿਆਦਤ ਨੂੰ ਉਦੋਂ ਹੀ ਚਾਹੀਦਾ ਸੀ ਕਿ ਇਹਦੀ ਜ਼ਬਾਨ ਨੂੰ ਪਟਾ ਪਾ ਕੇ ਰੱਖਦੀ ਇਹਨੂੰ ਸਮਝਾਇਆ ਜਾਂਦਾ ਕਿ ਹੁਣ ਅਗਲਾ ਜਲਸਾ ਪੰਜਾਬ ਅੰਦਰ ਹੈ ਜਿੱਥੇ ਵਸਣ ਵਾਲੇ ਪ੍ਰਾਹੁਣਿਆਂ ਨੂੰ ਦਿਲ ਸੀਨਿਓਂ ਕੱਢ ਕੇ ਪੇਸ਼ ਕਰਦੇ ਨੇ ਉਹਨਾਂ ਦੀ ਇੱਜ਼ਤ ਅਤੇ ਇਤਰਾਮ ਆਪਣਾ ਦੀਨ ਅਤੇ ਇਮਾਨ ਸਮਝ ਕੇ ਕਰਦੇ ਨੇ ਪੀ ਡੀ ਐੱਮ ਦੀ ਕਿਆਦਤ ਖਾਸ ਕਰ ਮਰੀਅਮ ਨਵਾਜ਼ ਜਿਹੜੀ ਪੰਜਾਬ ਦੀ ਧੀ ਹੈ ਉਹਨੂੰ ਉਚੇਚੀ ਤਰ੍ਹਾਂ ਪਤਾ ਹੋਣਾ ਚਾਹੀਦਾ ਸੀ ਕਿ ਅਚਕਜ਼ਈ ਨਾਂ ਦਾ ਇੱਕ ਕਮੀਨਾ ਇਨਸਾਨ ਉਸੇ ਥਾਲੀ ਵਿੱਚ ਛੇਕ ਕਰਦਾ ਹੈ ਜਿਹਦੇ ਅੰਦਰ ਖਾਵੇ ਮਰੀਅਮ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਸੀ ਕਿ ਉਹ ਬਲੋਚੀ ਗਾਂਧੀ ਦੀ ਗੰਦੀ ਨਸਲ ਨੂੰ ਲਾਹੌਰ ਦੇ ਉਹ ਸਟੇਜ ਉੱਤੇ ਖਿਲਾਰਨ ਜਾ ਰਹੀਆਂ ਨੇ ਜਿੱਥੇ ਕਰਾਰਦਾ ਦੇ ਪਾਕਿਸਤਾਨ ਮਨਜ਼ੂਰ ਹੋਈ ਸੀ ਪਾਕਿਸਤਾਨ ਦੀ ਮੁਖਾਲਫਤ ਕਰਨ ਵਾਲੇ ਉਹ ਬਦਬਖਤ ਜਿਨ੍ਹਾਂ ਨੂੰ ਅੱਜ ਵੀ ਪਾਕਿਸਤਾਨ ਦਾ ਵਜੂਦ ਬਰਦਾਸ਼ਤ ਨਹੀਂ ਹੁੰਦਾ ਉਹ ਕਿਵੇਂ ਆਪਣੇ ਬੁਗਜ਼ ਦੀ ਕਹਿ ਨਹੀਂ ਕਰਨਗੇ ਮਰੀਅਮ ਨਵਾਜ਼ ਜੇ ਆਪਣੇ ਆਪ ਨੂੰ ਸਿਆਸੀ ਲੀਡਰ ਸਮਝਦੀਆਂ ਸਨ ਤਾਂ ਫਿਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਉਹ ਕਿਸ ਕਮੀਨੇ ਨੂੰ ਆਪਣੇ ਸਟੇਜ ਤੋਂ ਦਾਅਵਤੇ ਖਿਤਾਬ ਦੇ ਰਹੀਆਂ ਨੇ ਪਰ ਜੇ ਉਹ ਉਦੋਂ ਨਹੀਂ ਸਮਝੀਆਂ ਤਾਂ ਹੁਣ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਕਿ ਉਹਨਾਂ ਨਾਲ ਵੀ ਅਚਕਜ਼ਈ ਨੇ ਉਹੀ ਕੀਤਾ ਹੈ ਜੋ ਘਟੀਆ ਅਤੇ ਕਮੀਨਾ ਇਨਸਾਨ ਆਪਣੇ ਮੇਜ਼ਬਾਨਾਂ ਨਾਲ ਕਰਦਾ ਹੈ ਮੈਂ ਚੈਲੰਜ ਕਰਨਾ ਹਾਂ ਕਿ ਜਾਹਿਲ ਅਚਕਜ਼ਈ ਨੇ ਤਾਰੀਖ ਨਹੀਂ ਪੜ੍ਹੀ ਜੇ ਪੜ੍ਹੀ ਹੁੰਦੀ ਤਾਂ ਉਹਨੂੰ ਪਤਾ ਹੁੰਦਾ ਕਿ ਸਿਕੰਦਰ ਦੀਆਂ ਫੌਜਾਂ ਇਲਾਕੇ ਫਤਿਹ ਕਰਦੀਆਂ ਜਦੋਂ ਪੰਜਾਬ ਦੇ ਮੈਦਾਨੇ ਅਪੜੀਆਂ ਤਾਂ ਉਹਨਾਂ ਨੂੰ ਅਜਿਹੀ ਟੱਕਰ ਮਿਲੀ ਕਿ ਇੱਥੋਂ ਹੀ ਵਾਪਸ ਪਰਤਣ ਵਿੱਚ ਆਪਣਾ ਪੜਾ ਜਾਣਿਆ ਇਹ ਪੰਜਾਬੀ ਇਲਾਕੂ ਨਾਲ ਵੀ ਟੱਕਰਿਆ ਅਤੇ ਹਾਰ ਨਹੀਂ ਮੰਨੀ ਦੁੱਲੇ ਭੱਟੀ ਦੀ ਮੁਗਲਾਂ ਨੂੰ ਲਲਕਾਰ ਅੱਜ ਵੀ ਜ਼ਿੰਦਾ ਕੌਮਾਂ ਲਈ ਮਿਸਾਲ ਹੈ ਅਤੇ ਫਿਰ ਜਦ ਅੰਗਰੇਜ਼ ਆਇਆ ਤਾਂ ਸਭ ਤੋਂ ਵੱਡੀ ਮੁਜ਼ਾਮਤ ਵੀ ਪੰਜਾਬੀਆਂ ਕੀਤੀ ਸੀ ਰਾਏ ਅਹਿਮਦ ਖਾਂ ਖਰਲ ਉੱਠਿਆ ਤਾਂ ਸਾਹਮਣੇ ਆਣ ਖਲੋਤਾ ਫਿਰ ਭਗਤ ਸਿੰਘ ਕੌਣ ਸੀ ਊਧਮ ਸਿੰਘ ਨੂੰ ਤਾਰੀਖ ਕਿਵੇਂ ਭੁੱਲ ਸਕਦੀ ਹੈ ਜਿਹਦੇ ਨਾਂ ਦਾ ਬਰਛਾ ਅੱਜ ਵੀ ਅੰਗਰੇਜ਼ ਰਾਜ ਦੇ ਸੀਨੇ ਵਿੱਚ ਗੱਡਿਆ ਹੋਇਆ ਹੈ ਮੈਂ ਕਮਜ਼ਰਫ ਅਤੇ ਕਮੀਨੇ ਅਚਕਜ਼ਈ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੂੰ ਜਿਸ ਕੌਮ ਉੱਤੇ ਭੌਂਕਿਆ ਹੈ ਉਹਨਾਂ ਪੰਜਾਬੀਆਂ ਹਮੇਸ਼ਾ ਪਠਾਨ ਬਲੋਚ ਅਤੇ ਸਿੰਧੀ ਭਰਾਵਾਂ ਦੀ ਇੱਜ਼ਤ ਕੀਤੀ ਹੈ ਉਹਨਾਂ ਦੀਆਂ ਬੋਲੀਆਂ ਰਹਿਤਰ ਅਤੇ ਸਮਾਜਿਕ ਕਦਰਾਂ ਹਮੇਸ਼ਾ ਸਾਡੇ ਸਿਰ ਅੱਖਾਂ 'ਤੇ ਰਹੀਆਂ ਨੇ ਪੰਜਾਬ ਅਤੇ ਪੰਜਾਬੀ ਨੇ ਆਪਣੇ ਦੂਜੇ ਸੂਬਿਆਂ ਤੋਂ ਆਏ ਭਰਾਵਾਂ ਲਈ ਹਮੇਸ਼ਾ ਬਾਹਾਂ ਖੋਲ੍ਹੀਆਂ ਅਤੇ ਉਹਨਾਂ ਨਾਲ ਆਪਣੀ ਰੋਟੀ ਸਾਂਝੀ ਕੀਤੀ ਕਿਉਂ ਜੇ ਪੰਜਾਬੀ ਕਮੀਨਾ ਅਤੇ ਥੋੜ ਦਿਲਾ ਨਹੀਂ ਇਹ ਗੈਰਤਮੰਦ ਅਤੇ ਅਣਖ ਵਾਲਾ ਹੈ ਜਿਹੜਾ ਦੂਜਿਆਂ ਨੂੰ ਇੱਜ਼ਤ ਦੇਣਾ ਜਾਣਦਾ ਹੈ ਇਹਨੂੰ ਆਪਣੇ ਤਾਰੀਖੀ ਜਾਂ ਮਜ਼ਹਬੀ ਪਿਛੋਕੜ ਦੇ ਮਾਮਲੇ ਵਿੱਚ ਕਦੇ ਵੀ ਕੋਈ ਅਹਿਸਾਸੇ ਕਮਤਰੀ ਨਹੀਂ ਰਿਹਾ ਇਹ ਦੁੱਲੇ ਅਤੇ ਖਰਲ ਦਾ ਪੰਜਾਬ ਹੈ ਇਹ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਹਦੇ ਵੀ ਸਾਹ ਖਿੱਚ ਲੈਣ ਵਾਲੇ ਦੀ ਧਰਤੀ ਹੈ ਇਸ ਖਿੱਤੇ ਨੇ ਹਮੇਸ਼ਾ ਬਹਾਦਰ ਪੁੱਤਰ ਜੰਮੇ ਜਿਨ੍ਹਾਂ ਹਮਲਾਵਰਾਂ ਨਾਲ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪਰ ਕਦੀ ਅੱਖਾਂ ਨੀਵੀਆਂ ਕਰਕੇ ਆਪਣੀ ਪੱਗ ਦਾ ਉੱਚਾ ਸ਼ਿਮਲਾ ਨੀਵਾਂ ਨਹੀਂ ਆਉਣ ਦਿੱਤਾ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਪਾਕਿਸਤਾਨ ਬਣਾਉਣ ਵਾਲਿਆਂ ਦੀ ਧਰਤੀ ਹੈ ਇਹ ਜਿਨਾਹ ਨੂੰ ਕਾਇਦੇ ਆਜ਼ਮ ਅਤੇ ਇਕਬਾਲ ਨੂੰ ਸ਼ਾਇਰੇ ਮਸ਼ਰਕ ਬਣਾਉਣ ਵਾਲੇ ਦਾ ਲਾਹੌਰ ਹੈ ਔਰ ਕੁੱਤਿਆ ਤੂੰ ਇਸ ਲਾਹੌਰ ਉੱਤੇ ਭੌਂਕੇ ਜਿਹੜਾ ਦਾਤਾ ਦੀ ਨਗਰੀ ਅਖਵਾਉਂਦਾ ਹੈ ਜਿੱਥੇ ਸ਼ਾਹ ਹੁਸੈਨ ਤਸਵਫ ਦੀ ਬੁੱਕਲ ਮਾਰੇ ਆਰਾਮ ਕਰ ਰਿਹਾ ਹੈ ਇਹ ਉਹ ਲਾਹੌਰ ਹੈ ਜਿਹੜਾ ਮਜ਼ਦੂਰੀ ਕਰਦੇ ਪਠਾਣਾਂ ਨੂੰ ਖਾਂ ਸਾਹਿਬ ਕਹਿ ਕੇ ਇੱਜ਼ਤ ਦੇਵੇ ਨਮਕ ਹਰਾਮਾ ਤੂੰ ਉਸ ਲਾਹੌਰ ਨੂੰ ਬੁਰਾ ਕਵੇਂ ਤੇਰੀ ਕੀ ਔਕਾਤ ਹੈ ਕਮੀਨੇ ਆ ਮੈਂ ਮਹਿਮੂਦ ਅਚਕਜ਼ਈ ਜਾਂ ਉਹਦੇ ਵੱਡ ਵਡੇਰਿਆਂ ਨੂੰ ਇਸ ਕਾਬਲ ਨਹੀਂ ਸਮਝਦਾ ਕਿ ਉਹਨਾਂ ਦਾ ਜ਼ਿਕਰ ਕੀਤਾ ਜਾਏ ਪਰ ਆਪਣੇ ਦੇਸ਼ ਪ੍ਰੇਮੀਆਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਪਾਕਿਸਤਾਨ ਦੀ ਮੁਖਾਲਫਤ ਕਰਕੇ ਗਾਂਧੀ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਉਣ ਵਾਲਾ ਇਹ ਟੱਬਰ ਅੱਜ ਤੀਕਰ ਪਾਕਿਸਤਾਨ ਦੇ ਵਜੂਦ ਨੂੰ ਹਜ਼ਮ ਹੀ ਨਹੀਂ ਕਰ ਸਕਿਆ ਪਾਕਿਸਤਾਨ ਬਣਨ ਤੋਂ ਪਹਿਲਾਂ ਹੀ ਇਹ ਖਾਨਦਾਨ ਕਾਂਗਰਸ ਦਾ ਵਫ਼ਾਦਾਰ ਸੀ ਅਤੇ ਪਾਕਿਸਤਾਨ ਬਣਨ ਤੋਂ ਬਾਅਦ ਇਹਨਾਂ ਦੀਆਂ ਸਾਰੀਆਂ ਵਫ਼ਾਦਾਰੀਆਂ ਅਫਗਾਨਿਸਤਾਨ ਵਿੱਚ ਬੈਠੇ ਭਾਰਤੀ ਏਜੰਟਾਂ ਨਾਲ ਨੇ ਇਹਨਾਂ ਜਦ ਵੀ ਗੱਲ ਕੀਤੀ ਪਾਕਿਸਤਾਨ ਦੀ ਥਾਵੇਂ ਅਫਗਾਨ ਵਤਨ ਅਤੇ ਸਰਜ਼ਮੀਨ ਦੀ ਗੱਲ ਕੀਤੀ ਜਦ ਵੀ ਭੌਂਕੇ ਪਾਕ ਫੌਜ ਉੱਤੇ ਭੌਂਕੇ ਜੋੜਨ ਦੀ ਥਾਵੇਂ ਤੋੜਨ ਦੀ ਥਿਊਰੀ ਪੇਸ਼ ਕੀਤੀ ਮਹੱਬਤਾਂ ਵੰਡਣ ਦੀ ਥਾਵੇਂ ਨਫ਼ਰਤਾਂ ਵੇਚੀਆਂ ਕਿਉਂਕਿ ਇਹਨਾਂ ਦੇ ਹਿੰਦੁਸਤਾਨੀ ਆਕਾ
ਇਹਨਾਂ ਕੋਲੋਂ ਇਹੋ ਕੰਮ ਲੈਣਾ ਚਾਹੁੰਦੇ ਨੇ। ਅਖੀਰ 'ਤੇ ਮੈਂ ਅਚਕਜ਼ਈ ਜੈ ਹਰ ਉਸ ਬਗੈਰਤ ਨੂੰ ਵਾਰਨ ਦਿੰਦਾ ਹਾਂ ਕਿ ਆਇੰਦਾ ਜੇ ਤੁਸੀਂ ਪੰਜਾਬ ਜਾਂ ਪੰਜਾਬੀ ਉੱਤੇ ਪੌਂਕੇ ਤਾਂ ਤੁਹਾਡੀਆਂ ਜ਼ਬਾਨਾਂ ਖਿੱਚ ਕੇ ਤੁਹਾਡੇ ਪਿਛਵਾੜੇ ਵਿੱਚ ਦੇ ਦਿਆਂਗੇ। ਪੰਜਾਬ ਅਤੇ ਪੰਜਾਬੀ ਦਾ ਹੌਸਲਾ ਨਾ ਅਜ਼ਮਾਓ। ਜੇ ਇਹਦੀ ਬਰਦਾਸ਼ਤ ਜਵਾਬ ਦੇ ਗਈ ਤਾਂ ਤੁਸੀਂ ਚੱਡਿਆਂ ਵਿੱਚ ਪੂਛਣਾ ਲੈ ਕੇ ਨੱਸੋਗੇ, ਪਰ ਨੱਸਿਆ ਨਹੀਂ ਜਾਣਾ। ਆਪਣੀਆਂ ਗਜ਼ ਗਜ਼ ਲੰਮੀਆਂ ਜ਼ਬਾਨਾਂ ਸੰਭਾਲ ਕੇ ਰੱਖੋ। ਪੰਜਾਬ ਨਾਲ ਪਿਆਰ ਕਰਨ ਵਾਲਿਆਂ ਨੂੰ ਲੱਖ ਲੱਖ ਸਲਾਮਾਂ ਅਤੇ ਅਚਕਜ਼ਈ ਜੈ ਕੁੱਤਿਆਂ ਉੱਤੇ ਕਰੋੜਾਂ ਲਾਨਤਾਂ। ਇਜਾਜ਼ਤ ਦਿਓ, ਰੱਬ ਰਾਖਾ।